लो जी अज आप कुर्ते दे साइड दे उपर पॉकेट लगानी दसूंगी मैं देखो जी सोनिया वर्मा विलॉग्स चैनल दे विच तुहाडा स्वागत है ते वेलकम बैक टू माई चैनल ते अज दी वीडियो विच आप स्टिचिंग दा दसांगे इस तरह रेडीमेड कुर्ते होंदे आ देखो देखो ये हैगा रेडीमेड कुर्ता बनया होया है ते आपां इहदी राइट साइड दे उपर पॉकेट लगावांगे इहनूं आपां अलग कर लेना इस तरह जिन्ना अपना हिप दा निशान होऊगा ना उस तो आपां डेढ़ इंच एक्सट्रा ले लेना उपर देखो 14-15 जिन्नी भी तुसीं रखनी चाहुंदे आपां इत्थों ले लेना नाप उहदा चंगी तरह लो जी आपां इहदा देख लेना भी उपरों आपां किन्ना रखना है हिप ये मैं रखूंगी 15 इंच देखो 15 इंच आ गया ना आप इनू घुमा लेना पुट्ठा पासा कर लेना बाहर फिर आप निशान लगावे इन एक साइड दो उधेड़ भी लेना लो जी इनू आप घुमा लिया इतों आप 15 इंच पर निशान लगा लेना आ रहा अपना हिप का देखो ये अपना हिप का निशान है तो आप 1.5 इंच होर ले लेना उपर देखो दूसरा निशान वे आ गया इतों ये निशान आप पक्का कर लेना हिप की फिटिंग दे के 20 रख दे 19 रख दे हिसाब नाल सिलाई नू लगा लेना इन्नी तो उपरों 6 इंच का गैप छड्डांगे जिहदे विच अपना हाथ पै जावे आसानी नाल आ गया 6 इंच देखो मैं डार्क करके दिखा दूंगी इन्ना अपना गैप होगा जिहदे विच आपां हाथ पावांगे ते आ इत्थों निशान लेके इन्नी स्टिच दे देनी आपां इत्थे सिलाई लगा देनी आ ये छड्ड दांगे ते नीचे भी आपां इन्नी सिलाई दे देनी आ ये मैं तुहानूं दिखानी आ लगा के सिलाई इतों ही आप फिर टर्न कर लेना इन पक्का कर लेना इसी तरह आप नीचे का लगावे इन्हें भी पक्का कर लेना देखो जी ये अपनी स्टिच लग चुकी है हम इतने आप पॉकेट लगावे पॉकेट भी मैं तुम दस दिनी किस तरह लगानी है लो जी ये मैं कपड़ा ले लिया कटिंग करना ते एडी जी चौड़ाई है वह लेनी आप 7 इंच देखो जी 7 इंच चौड़ाई है तो इनू डबल फोल्ड के लैना 13 रख लो तुसी देखो 13 रख लो चाहे 14 रख लो क्योंकि अद्धा अद्धा इंच उपर मार्जिन भी चले जाना सिलाइया के आपां नूं 6 रेड़ी चाहिए है तो जो थोड़ा जहा एक्सट्रा आप कटिंग कर लेना लो
ਲਓ ਜੀ ਆ ਦੇਖੋ ਜੀ ਇਹ 7 ਇੰਚ ਹੈ ਇਹ ਡਬਲ ਫੋਲਡ ਦੇ ਵਿੱਚ ਹੈਗਾ 7.5 ਇੰਚ ਹੁਣ ਆਪਾਂ ਇਹਨੂੰ ਇੱਥੋਂ ਸਲਾਈਆਂ ਲਗਾ ਲੈਣੀਆਂ 6 ਇੰਚ ਆਪਣਾ ਆਟੋਮੈਟਿਕਲੀ ਰੈਡੀ ਆ ਜਾਊਗਾ ਪੱਕਾ ਕਰ ਲਓ ਤੁਸੀਂ ਇਸੀ ਤਰ੍ਹਾਂ ਇਹਨੂੰ ਲਗਾ ਲੈਣਾ ਲਓ ਜੀ ਇਹ ਆਪਣੀ ਪੋਕਿਟ ਬਣ ਚੁੱਕੀ ਹੈ ਜਿਹੜੇ ਫਾਲਤੂ ਤੱਕ ਗਏ ਉਹ ਵੀ ਕੱਟ ਲੈਣਾ ਤੁਸੀਂ ਫਿਨਿਸ਼ਿੰਗ ਦੇ ਦੇ ਚੰਗੀ ਤਰ੍ਹਾਂ ਲਓ ਜੀ ਆਹ ਦੇਖੋ ਪੋਕਿਟ ਆਪਣੀ ਬਣ ਚੁੱਕੀ ਹੈ ਇਸੀ ਤਰ੍ਹਾਂ ਆਪਾਂ ਇਹਨੂੰ ਅਟੈਚ ਕਰ ਦੇਣਾ ਕੁੜਤੇ ਦੇ ਉੱਪਰ ਲਓ ਜੀ ਪੋਕਿਟ ਵੀ ਆਪਣੀ ਰੈਡੀ ਹੋ ਚੁੱਕੀ ਹੈ ਇਹ ਬਿਲਕੁਲ ਇਹਦੇ ਬਰਾਬਰ ਆਉਣੀ ਚਾਹੀਦੀ ਨਾ ਘਟਣੀ ਚਾਹੀਦੀ ਨਾ ਵਧਣੀ ਚਾਹੀਦੀ ਹੈ ਜੇ 6 ਇੰਚ ਆਪਣਾ ਇਹ ਗੈਪ ਹੈ ਤਾਂ ਇਹ ਵੀ 6 ਇੰਚ ਹੀ ਆਉਣਾ ਚਾਹੀਦਾ ਅਤੇ ਹੁਣ ਆਪਾਂ ਇਹਦੇ ਕੱਟ ਲਗਾ ਲੈਣੇ ਹੈ ਤਾਂ ਕਿ ਆਪਾਂ ਉੱਥੇ ਸਿਲਾਈ ਲਗਾ ਸਕੀਏ ਇਸ ਤਰ੍ਹਾਂ ਲਗਾਉਣੇ ਇਹਦੇ ਜੜ ਦੇ ਵਿੱਚ ਇੱਥੇ ਨਿਸ਼ਾਨ ਲਗਾ ਲੈਣਾ ਆਪਾਂ ਜਿੰਨਾ ਜਿੰਨਾ ਆਪਣਾ ਆਊਗਾ ਵਿੱਚ ਕੱਪੜਾ ਆਹ ਦੇਖੋ ਦੋਨੋਂ ਸਾਈਡ ਲਗਾ ਦੇਣਾ ਇੱਧਰ ਵੀ ਔਰ ਇੱਧਰ ਵੀ ਇਸ ਤਰ੍ਹਾਂ ਨੂੰ ਘੁਮਾ ਲੈਣਾ ਆਪਾਂ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਪੋਕਿਟ ਰੱਖਾਂਗੇ ਔਰ ਸਿਲਾਈ ਲਗਾਉਂਦੇ ਜਾਵਾਂਗੇ ਆਪਾਂ ਇਹਦੇ ਜੜ੍ਹ 'ਚ ਲਗਾ ਲੈਣੀ ਸਿਲਾਈ ਪੱਕਾ ਜ਼ਰੂਰ ਕਰ ਲਿਆ ਸਿਲਾਈ ਨੂੰ ਇਸੇ ਤਰ੍ਹਾਂ ਆਪਾਂ ਇੱਧਰ ਲਗਾਵਾਂਗੇ ਬੈਕ ਵਾਲੀ ਸਾਈਡ 'ਤੇ ਲਓ ਜੀ ਜਿਹੜੀ ਸਿਲਾਈ ਆਪਣੀ ਲੱਗ ਚੁੱਕੀ ਆ ਮੈਂ ਤੁਹਾਨੂੰ ਇਹਨੂੰ ਓਪਨ ਕਰਕੇ ਦਿਖਾਉਂਦੀ ਹਾਂ ਆਪਾਂ ਸਿੱਧਾ ਪਾਸਾ ਕਰ ਲੈਣਾ ਇਹਦਾ ਸਭ ਤੋਂ ਈਜ਼ੀ ਔਰ ਵਧੀਆ ਤਰੀਕਾ ਇਹ ਪੋਕਿਟ ਲਗਾਉਣ ਦਾ ਜੇਬ ਵੀ ਕਹਿ ਸਕਦੇ ਹਾਂ ਪੋਕਿਟ ਵੀ ਕਹਿ ਸਕਦੇ ਹਾਂ ਬਿਲਕੁਲ ਇਹ ਆਪਣੀ ਪੋਕਿਟ ਲੱਗ ਚੁੱਕੀ ਹੈ ਠੀਕ ਹੈ ਜੀ ਅਗਰ ਤੁਸੀਂ ਦੱਬ ਕੇ ਸਿਲਾਈ ਲਗਾਉਣੀ ਚਾਹੁੰਦੇ ਹੋ ਤਾਂ ਲਗਾ ਲਿਓ ਨਹੀਂ ਤਾਂ ਇਸ ਤਰ੍ਹਾਂ ਵੀ ਰਹਿ ਸਕਦੀ ਹੈ ਕੋਟਨ ਦੀ ਕੁੜਤੀ ਹੈ ਉਹ ਤਾਂ ਪ੍ਰੈਸ ਨਾਲ ਸੈੱਟ ਹੋ ਜੂਗੀ ਅਤੇ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੈਨਲ 'ਤੇ ਨਵੇਂ ਹਾਂ ਤਾਂ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਅਤੇ ਨਾਲ ਦੀ ਨਾਲ ਬੈੱਲ ਆਈਕਨ ਨੂੰ ਵੀ ਪ੍ਰੈਸ ਕਰ ਲਓ
ਤਾਂ ਕਿ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਅਤੇ ਨਵੀਆਂ ਨਵੀਆਂ ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਬਸ ਥੈਂਕਸ ਫੋਰ ਵਾਚਿੰਗ ਸੋਨੀਆ ਵਰਮਾ ਵਲੋਗਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਅਤੇ ਮਿਲਾਂਗੇ ਕਿਸੇ ਨਵੇਂ ਵੀਡੀਓਜ਼ ਦੇ ਨਾਲ ਤਦ ਤੱਕ ਦੇ ਲਈ ਰਾਧੇ ਰਾਧੇ ਨਮਸਤੇ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਥੈਂਕ ਯੂ ਸੋ ਮੱਚ ਜੀ